ਬਾਈ ਜੱਗੀ ਗੁੱਸੇ ਦੀ ਕਹਾਣੀ, ਮਾਰੂ ਥਲਾਂ ਦੀ ਪੈੜ, ਫੌਜੀ ਅਮਰੀਕ ਸਿੰਘ ਦੀ ਘਰ ਵਾਲੀ ਗੁਰਮੀਤ ਕੌਰ ਨਾਲ ਬਾਹਲੀ ਨਾ ਬਣੀ। ਘਰ ਵਾਲੀ ਬਹੁਤ ਸ਼ਕੀਨ ਸੀ, ਫੌਜੀ ਸਿੱਧਾ ਸਾਦਾ ਪਰੇਡ ਕਰਨ ਵਾਲਾ ਬੰਦਾ। ਵਿਆਹ ਤੋਂ ਬਾਅਦ ਆਪਣੀ ਰੈਜੀਮੈਂਟ ਦੇ ਵਿੱਚ ਉਹਨੂੰ ਲੈ ਗਿਆ, ਉੱਥੇ ਰਹੀ, ਖਾਂਦੀ ਪੀਂਦੀ, ਚੰਗਾ ਮਨ ਭਾਉਂਦੀ, ਫੌਜ ਦੇ ਚੌਲ ਮੀਟ ਖਾ ਕੇ ਫੌਜਣ ਹੋਰ ਨਿਖਰੇ, ਕਰਨ ਨੂੰ ਕੰਮ ਘੱਟ, ਤੁਰਨ ਫਿਰਨ ਨੂੰ ਵੱਧ, ਗੁਆਂਢਣ ਨਾਲ ਸਾਰਾ ਦਿਨ ਸਵੇਰੇ ਤੋਂ ਲੈ ਕੇ ਆਥਣ ਤੱਕ ਗੱਲਾਂ ਬਾਤਾਂ ਧੁੱਪੇ ਮੰਜਾ ਡਾਹ ਕੇ ਕਰਦੀ। ਫੌਜੀ ਆਥਣੇ ਥੱਕਿਆ ਆਉਂਦਾ ਕੰਮ ਕਾਰ ਦੇ ਦਿਨ ਦੀਆਂ ਡਿਊਟੀਆਂ ਤੋਂ, ਤੇ ਬਾਹਲਾ ਖਿਆਲ ਨਾਲ ਨਾ ਗੱਲ ਕਰਦੀ। ਜਦ ਹੌਲਦਾਰ ਪੈਨਸ਼ਨ ਆ ਗਿਆ, ਭਰਾਵਾਂ ਨਾਲ ਸੰਨ ਨਾ ਰਲਿਆ ਫੌਜੀ ਦਾ, ਬਾਹੀ ਚੋਂ ਪਿਆ ਨਾ ਵਿਹਲਾ, ਉਹਨੂੰ ਭਰਾ ਜਰਦੇ ਨਾ। ਵੱਡੀ ਗੱਲ ਕੀ, ਫੌਜੀ ਨੇ ਫੌਜ ਦੇ ਹਿਸਾਬ ਕਿਤਾਬ ਚ ਇੱਕ ਪੈਸਾ ਘਰੇ ਨਾ ਦਿਖਾਇਆ, ਪੈਸਾ ਉਹ ਵੀ ਦੱਬ ਗਿਆ। ਇੱਕ ਫੌਜਣ ਅੱਠੋਂ ਪਹਿਰੇ ਮੇਲਣ ਬਣੀ ਰਹਿੰਦੀ, ਸਵੇਰੇ ਨਹਾ ਧੋ ਕੇ ਉਂਛਾਂ ਵਾਲਾ ਸੁਰਮਾ ਪਾ ਕੇ ਤੇ ਲੰਮੀ ਗੁੱਤ ਕਰਕੇ ਬੂਟੀਆਂ ਵਾਲੇ ਸੂਟ ਪਾ ਕੇ ਗੇੜਾ ਉਧਰ ਨੂੰ ਗੇੜਾ, ਉਹਨੂੰ ਭਲਵਾਨ ਦੀ ਭੈਣ ਗੂ ਤੁਰੀ ਫਿਰਦੀ ਤੇ ਡੱਕਾ ਨਾ ਤੋੜਦੀ। ਸਾਰੀ ਉਮਰ ਵਿਹਲੀਆਂ ਨੇ ਖਾਧੀਆਂ, ਹਰਾਮ ਹੱਡ ਹੋ ਗਏ, ਹੈ ਵੀ ਫੌਜਣ ਸੀ, ਚੁੱਲ੍ਹੇ ਤੇ ਹੱਥ ਕਿਉਂ ਫੂਕੇ। ਘਰ ਚ ਰੋਜ਼ਾਨਾ ਰੌਲਾ ਪੈਣ ਲੱਗਿਆ, ਵਿਗਿਆਨੀਆਂ ਨੇ ਬਰਾਬਰ ਦੀਆਂ ਨੇ ਸ਼ਰੀਕਣਾਂ ਨੇ ਪਰਛੱਤੀਆਂ ਸਿਰ ਤੇ ਚੱਕ ਲਈਆਂ, ਅਸੀਂ ਕੱਲੀਆਂ ਕਿਉਂ ਮਰੀਏ, ਇਹ ਬੰਠਣ ਕਿਉਂ ਬਹਿ ਜਾਂਦੀ ਹੈ, ਜਿਵੇਂ ਕੱਲ ਮਕਲਾਵੇ ਆਈ ਹੁੰਦੀ ਆ, ਅਸੀਂ ਦੇਣਾ ਇਹਦਾ ਕੁਛ। ਵੱਧ ਵੱਧ ਕੇ ਹਿਟਲਰ ਦੀ ਫੌਜ ਵਾਂਗੂ ਸਭ ਲੱਗਾ। ਫੌਜੀ ਦੀ ਬਿਰਧ ਮਾਂ ਕਲੇਸ਼ ਤੋਂ ਅਤਿਅੰਤ ਦੁਖੀ, ਉਹਨੇ ਆਥਣੇ ਇੱਕ ਦਿਨ ਫੌਜੀ ਨੂੰ ਕੋਲ ਬਿਠਾ ਲਿਆ। ਪੁੱਤ ਗੁਰਮੀਤ, ਇਹ ਘਰ ਦੀ ਨੂੰਹ ਆ, ਮੱਲਾ ਕੋਈ ਬੇਗਾਨੀ ਨੀ, ਉਹਨੂੰ ਆਖ ਬਹੂਆਂ ਦੂਜੀਆਂ ਨਾਲ ਮਾੜਾ ਮੋਟਾ ਹੱਥ ਪੜੱਥੀ ਕਰ ਲਿਆ ਕਰੇ, ਘਰ ਚ ਚੱਤੋ ਪੈਰ ਕਲੇਸ਼ ਮਾੜਾ ਸ਼ੇਰਾ, ਬੇਬੇ ਦੀਆਂ ਝੁਰੜੀਆਂ ਫਿਕਰ ਨਾਲ ਕੰਬ ਰਹੀਆਂ। ਮੈਂ ਤਾਂ ਸਾਰੀ ਉਮਰ ਨੀ ਕੀਤਾ, ਨਾ ਮੈਂ ਹੁਣ ਕਰਨਾ, ਅੰਦਰੋਂ ਫੌਜਣ ਨੇ ਆਕਾਸ਼ਬਾਣੀ ਕੀਤੀ। ਫਿਰ ਪੁੱਤ ਤੂੰ ਇਉਂ ਕਰ, ਫਿਰ ਦੁਨੀਆਂ ਬਾਹਰਲੇ ਮੁਲਕ ਨੂੰ ਤੁਰੀ ਜਾਂਦੀ ਆ, ਤੂੰ ਵੀ ਕਿਸੇ ਪਾਸੇ ਕੋਸ਼ਟ ਕਰ ਲੈ, ਇੱਕ ਮਾਰੂ ਦੂਜਾ ਫਾਹੇ ਲੱਗੂ, ਮੈਂ ਤਾਂ ਪੱਟੀ ਜਾਊਂ ਦੋਨੇ ਪੁੱਤ, ਭਾਈ ਕਿਤੇ ਮਿਲਦੇ ਹੁੰਦੇ ਆ ਸ਼ੇਰਾ, ਤੂੰ ਕਿਸੇ ਜੰਟ ਜੁੰਟ ਨਾਲ ਗੱਲ ਕਰ, ਜੇ ਪੈਸੇ ਪੈਸਿਆਂ ਦੀ ਕਮੀ ਆ, ਮੇਰੇ ਕੋਲ ਸਿਉਣਾ ਹੈਗਾ ਮੱਲਾ, ਉਹ ਵੇਚ ਦੇ, ਤੂੰ ਬਾਹਰਲੀ ਕੋਸ਼ਟ ਕਰ ਕਿਸੇ ਪਾਸੇ ਦੀ। ਅਖੀਰ ਫੌਜੀ ਨੇ ਕਿਸੇ ਏਜੰਟ ਨੂੰ ਫੜਿਆ, ਗਾਹਾਂ ਤਿੰਨ ਜਵਾਕ ਸੀ, ਫੌਜੀ ਦੇ ਦਿਮਾਗ 'ਚ ਆ ਗਿਆ ਵੀ ਚੰਗਾ ਮਨਾ, ਪਹਿਲਾਂ 20 ਸਾਲ ਮਿਲਟਰੀ 'ਚ ਲਾਏ ਨੇ, ਹੁਣ ਗਾਹਾਂ ਨੂੰ ਸਹੀ, ਜਿਉਂ 20-25 ਲੱਖ ਦੇ ਕੇ ਚੰਗੇ ਭਲੇ ਮੈਕਸੀਕੋ ਅਮਰੀਕਾ 'ਚ ਘੁੰਮਦਾ ਘੁੰਮਦਾ ਫੌਜੀ ਕਨੇਡਾ ਆ ਗਿਆ। ਕਨੇਡਾ ਆ ਕੇ ਕੰਮ ਦੀ ਧੁੱਕੀ ਕੱਢੀ, ਕੰਮ ਕਰਨਾ ਸਵੇਰ ਤੋਂ ਆਥਣ ਤੱਕ ਵਿਹਲਾ, ਸੱਤੇ ਦਿਨੇ ਕੰਮ ਕਰਨਾ ਆਥਣੇ, ਕਦੇ ਕਦੇ ਉਹਦਾ ਮਨ ਕਰਿਆ ਕਰੇ ਵੀ ਫੌਜਣ ਨਾਲ ਗੱਲਾਂ ਕਰਿਆ ਕਰੇ, ਫੌਜਣ ਨਾਲ ਜਾ ਗੱਲ ਕਰਨਾ, ਇੱਧਰੋਂ ਹਾਕ ਮਾਰਨੀ ਆਥਣੇ, ਨਰਮ ਜਿਹਾ ਹੋ ਕੇ ਫੌਜੀ ਨੇ, ਹੈਲੋ ਕੀ ਹਾਲ ਨੇ ਸਰਦਾਰਨੀ ਦੇ, ਮੈਂ ਤਾਂ ਉਹੋ ਜੀ ਹਾਂ, ਮੇਰਾ ਨੀ ਮੂਟ ਠੀਕ, ਮੇਰਾ ਮੂਟ ਨੀ ਠੀਕ, ਮੈਂ ਨੀ ਗੱਲ ਕਰਨੀ। ਉਹ ਗੱਲ ਕਿਉਂ ਨੀ ਕਰਨੀ, ਇਉਂ ਨਾ ਕਰਿਆ ਕਰ, ਗੱਲ ਕੀ ਹੋ ਗਈ, ਗੱਲ ਤਾਂ ਵਿਚਲੀ ਦੱਸ। ਫੌਜੀ ਨੂੰ ਪਤਾ ਸੀ ਕਿ ਮੂਟ ਜਦ ਵਿਗੜਦਾ, ਮੂਟ ਦੇ ਵਿੱਚ ਕੁਛ ਨੀ, ਹਰ ਰੋਜ਼ ਦੀ ਮੰਗ ਹੈ ਨਵੀਂ ਨਾ ਨਵੀਂ, ਕੀ ਹੋ ਗਿਆ ਹੁਣ, ਲੋਕ ਇੱਥੋਂ ਬਾਹਰਲਾ ਸਮਾਨ ਭੇਜਦੇ ਨੇ, ਤੂੰ ਕਦੇ ਮੈਨੂੰ ਕੁਛ ਨੀ ਭੇਜਿਆ, ਨਾ ਪਾਊਡਰ ਭੇਜਿਆ, ਨਾ ਕਰੀਮ, ਨਾ ਨੋ ਪਾਲਿਸ਼ ਭੇਜੀ ਆ, ਸੁਰਖੀ ਨੀ ਭੇਜਦਾ, ਨਾਲੇ ਪਰਫਿਊਮ ਹੁੰਦਾ ਇੱਥੇ, ਪਰਫਿਊਮ ਨੀ ਭੇਜਿਆ ਹਾਲੇ ਤੱਕ, ਚੰਗਾ ਭੇਜਦੇ ਆ ਫਿਰ, ਔਖੀ ਕਿਉਂ ਹੁੰਦੀ ਆ, ਹੋਰ ਦੱਸ। ਇੱਕ ਪਾਣੀ ਠੰਡਾ ਕਰਨ ਵਾਲੀ ਮਸ਼ੀਨ ਲੈਣੀ ਆ, ਨਾਲੇ ਟੈਲੀਵਿਜ਼ਨ ਲੈਣਾ,
ਅੱਛਾ ਫਰਿੱਜ ਲੈਣੀ ਹੈ ਕਿ ਟੈਲੀਵਿਜ਼ਨ, ਨਾਲੇ ਮੋਟਰਸਾਈਕਲ ਵੱਡਾ ਲੈ ਕੇ ਦੇ, ਮੁੰਡਾ ਜਵਾਨ ਹੋ ਗਿਆ ਮੈਨੂੰ ਲੈ ਕੇ ਜਾ ਕਰੂ, ਬੜਾ ਲੈ ਕੇ ਦੇਣਾ ਜਿਹਦੇ ਦੂਜੀ ਨੇ ਜਿਹਦੇ ਤੇ ਦੋ ਆਲੇ ਦੁਆਲੇ ਡਰੰਮ ਲੱਗਦੇ ਹੁੰਦੇ। ਅੱਛਾ ਬੁਲਟ ਲੈਣਾ, ਚੱਲ ਲੈ ਲੈਂਦੇ ਹਾਂ। ਹੋਰ ਫਕੀਰੇ ਨੇ ਕੀ ਸ਼ਾਹ ਹੋਣਾ, ਕਰਦਾ ਮੈਂ ਅੱਜ ਇਹ ਗੱਲ ਫਿਰ ਭਾਈ ਬੰਦਾ ਨਾਲ ਕਰਦਾ ਤੈਨੂੰ ਭੇਜਦਾ। ਖੁਸ਼ ਰਿਹਾ ਕਰ ਮਾੜਾ ਜਿਹਾ, ਨਾਲੇ ਖੁਸ਼ ਹੀ ਆ, ਮੈਨੂੰ ਕੀ ਹੁੰਦਾ। ਫੌਜਣ ਜਾਣ ਕੇ ਨੀਵੀਂ ਹੋ ਜਾਂਦੀ, ਊ ਪੂਰੀ ਤਸਰ ਦੇ ਨਾਲ ਰਹਿੰਦੀ, ਪੇਕੇ ਜਾਵੜੀ ਜਾਂਦਾ ਫੌਜੀ ਬਾਹਰ ਆਇਆ, ਕਿਸੇ ਨੂੰ ਰਾਹ ਨਾ ਦਿੰਦੀ, ਕਿਸੇ ਨੂੰ ਸੁਣਦੀ ਨਾ, ਐਨ ਪੂਰੀ ਸ਼ਕੀਨੀ ਚ ਸਿਰੇ ਸੀ। ਜਾਂ ਫੌਜੀ ਨੇ ਗੱਲ ਕਰਨੀ ਫਿਰ ਉਹਨੇ ਕਹਿਣਾ ਮੇਰਾ ਮੂਡ ਠੀਕ ਨਹੀਂ। ਫੌਜੀ ਨੇ ਆਖਿਰ ਕਿਹਾ ਲੈ ਹੁਣੇ ਨਵੇੜ ਭਾਈ ਮਿੱਤਰਾਂ ਨੂੰ ਕਰ ਫੋਨ। ਫੌਜੀ ਨੇ ਨਰਮ ਜਿਹਾ ਹੋ ਕੇ ਪਹਿਲਾਂ ਪੈਸੇ ਵਾਲੇ ਨੂੰ ਫੋਨ ਕੀਤਾ, ਗਗਨ ਵੀਰ ਜੀ ਸਤਿ ਸ੍ਰੀ ਅਕਾਲ, ਇਉਂ ਕਰ ਫਿਰ ਪੈਸੇ ਭੇਜ 2 ਲੱਖ ਪਿੰਡ ਯਾਰ। ਵੀਰ ਜੀ ਹੁਣੇ ਭੇਜਦਾ, 2 ਘੰਟੇ ਤੱਕ ਪਹੁੰਚ ਜਾਣਗੇ ਪਿੰਡ। ਸਾਊ ਮੁੰਡਾ ਸੀ, ਉਹਨੇ ਹੀਲਾ ਕਰਤਾ। ਫਿਰ ਬੈਠੇ ਨੂੰ ਦੂਰ ਉਹਨੇ ਕਿਹਾ ਤਕਨੀਕ ਵਾਲਾ ਬੰਦਾ ਲੱਭੀਏ ਕੋਈ, ਹੁਣ ਫਰਿੱਜ ਕਿਹੜੀ ਲੈਣੀ ਹੈ, ਟੈਲੀਵਿਜ਼ਨ ਕਿਹੜਾ, ਰੰਗੀਲ ਲੈਣਾ ਕਿ ਕਾਲਾ ਲੈਣਾ। ਪਵਨ ਹਾਂਜੀ ਬਾਈ ਜੀ, ਖਿਆਲ ਕਰ ਯਾਰ, ਆਹ ਫਰਿੱਜ ਤੇ ਟੈਲੀਵਿਜ਼ਨ ਦੇਖ ਕੰਪਿਊਟਰ ਤੇ ਹੱਥ ਮਾਰ ਕੇ ਭੇਜੀਏ, ਭਰਜਾਈ ਤੇਰੀ ਮੰਗਦੀ ਆ ਉੱਥੇ। ਹੁਣੇ ਦੇਖਦਾ ਬਾਈ ਜੀ, ਮੋਟਰਸਾਈਕਲ ਦਾ ਵੀ ਕਰ ਹੀਲਾ, ਹੰਸਾਂ ਵਾਲੇ ਨੂੰ ਕਰ ਫੋਨ, ਲੈ ਬੜਾ ਮੋਟਰਸਾਈਕਲ ਦੱਸ ਕਿਵੇਂ ਮਿਲਾ। ਉਹ ਬਾਈ ਜੀ ਪਿੰਡ ਖੜਾ, ਆਪਾਂ ਨਹੀਂ ਲੈਣਾ, ਮੈਂ ਭੇਜਦਾ ਉੱਥੇ ਖੜਾ, ਕਿਹੜਾ ਵੱਧਦਾ ਉਹ। ਅੱਧੇ ਘੰਟੇ 3 ਚੀਜ਼ਾਂ ਠੀਕ ਕਰਤੀ, ਪਰ ਫੌਜਣ ਤੇ ਮਨ ਦੇ ਵਿੱਚ ਬਹੁਤ ਦੁੱਖ, ਇਹ ਗੱਲ ਨਾ ਬਣੀ ਯਾਰ, ਕਹਾਣੀ ਠੀਕ ਨਹੀਂ ਹੈ। ਤੇ ਬਈ ਕਿਉਂ ਨਹੀਂ ਖੁਸ਼ ਨੇ ਦੀ, ਮੈਂ ਹੱਡ ਤੋੜੇ ਪਏ ਨੇ, ਇੱਥੇ ਕਹਾਣੀ ਨਾ ਬਣਦੀ। ਅਖੀਰ ਚੰਗਾ ਟਾਈਮ ਲੰਘ ਗਿਆ, ਪੇਪਰ ਅਪਲਾਈ ਹੋ ਗਏ, ਪੱਕਾ ਹੋ ਗਿਆ, ਤੇ ਤਿੰਨੇ ਜਵਾਕ ਤੇ ਫੌਜਣ ਸਿੱਧੀ ਕੈਨੇਡੇ ਆ ਵੜੀ। ਤੇ ਵਰਦੀ ਸਾਰ ਫੌਜੀ ਦੇ ਰਹਿਸ਼ੀ ਮਕਾਨ ਚ 20 ਨਗੋਚਾਂ, ਪੁਰਾਣੀਆਂ ਜੁੱਤੀਆਂ, ਬੂਟ, ਕੱਪੜੇ ਬਾਹਰ ਮਾਰੇ। ਫੌਜੀ ਦੇ ਬੱਗੇ ਹੋਏ ਵਾਲਾਂ ਨੂੰ ਦੇਖ ਕੇ ਕਹਿੰਦਾ ਆ ਕੀ ਤੂੰ ਤਾਂ ਬੁੜਾ ਹੋ ਗਿਆ। ਅੱਛਾ ਜੇ ਬਾਲ ਰੰਗਣ ਚ ਰਹਿੰਦਾ ਤੁਸੀਂ ਨਹੀਂ ਸੀ ਇੱਥੇ ਆ ਸਕਦੇ। ਫੌਜੀ ਖੂੰਜਿਓ ਜੇਤੂ ਵਾਂਗੂ ਬੋਲਿਆ, ਕਾਲੇ ਵਾਲ ਮੇਰਾ ਵੀਜ਼ਾ ਰੋਕਦੇ ਸੀ ਅੱਗੇ ਤੋਂ। ਉਹਨੇ ਕਬੱਲਾ ਬਾ, ਫੌਜੀ ਦਾ ਮੂੰਹ ਝੀ ਥੰਗੂ ਬੰਦ ਹੋ ਗਿਆ। ਉਹ ਥਾਪੀ ਦੀ ਆਸ ਲਾਈ ਬੈਠਾ ਸੀ, ਪਰ ਉਹਦਾ ਕਿੰਗਰਾ ਭੂਰੀ ਇੱਟ ਵਾਂਗੂ ਸਿੱਧਾ ਮੱਥੇ ਚ ਵੱਜਿਆ। ਤੂੰ ਨਹਾ ਲੈ, ਥੱਕੀ ਹੋਈ ਹੈ, ਦਿਮਾਗ ਸੈੱਟ ਹੋ ਜੂ, ਫਿਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ। ਫੌਜੀ ਨੇ ਕਿਹਾ ਗੁਸਲਖਾਨਾ ਕਿੱਥੇ ਹੈ? ਉੱਪਰ ਆ, ਚੱਲ ਤੈਨੂੰ ਸਮਝਾਵਾਂ। ਅੱਗੜ ਪਿੱਛੜ ਬਾਥਰੂਮ ਨੂੰ ਹੋ ਤੁਰੇ, ਗਰਮ ਸਰਦ ਪਾਣੀ ਬਾਰੇ ਫੌਜੀ ਨੇ ਦੱਸਤਾ। ਸ਼ੈਂਪੂ, ਨਵਾਂ ਤੌਲੀਆ, ਸਾਬਣ, ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਹੇਠਾਂ ਆ ਗਿਆ। ਜਵਾਕਾਂ ਨੇ ਝੰਗਿਆੜਾਂ ਪਾਈਆਂ ਪਈਆਂ। ਜਵਾਕਾਂ ਨੂੰ ਕਹਿੰਦਾ ਪੁੱਤ ਇਹ ਇੰਡੀਆ ਨਹੀਂ ਕੈਨੇਡਾ, ਇੱਥੇ ਸਿਆਣੇ ਜਵਾਕ ਨਹੀਂ ਮੱਲਾ ਰੌਲਾ ਪਾਉਂਦੇ ਹੁੰਦੇ, ਰੌਲਾ ਪਾਉਂਗੇ ਇੱਥੇ ਗੁਆਂਢੀ ਪੁਲਿਸ ਸੱਦ ਲੈਂਦੇ ਆ। ਫੌਜੀਆਂ ਨੇ ਸੰਭਾਇਆ, ਪੁਲਿਸ ਦਾ ਨਾਂ ਦੇਖ ਕੇ ਜਵਾਕ ਚੁੱਪ ਹੋ ਗਏ। ਕੋਈ ਫੌਜੀ ਨੇ ਟੀਵੀ ਲਾ ਕੇ ਬਹਿ ਗਿਆ, ਪਰਿਵਾਰ ਚ ਮਸਾਂ ਆਇਆ, 2 ਸਾਲ ਬਾਅਦ ਟੱਬਰ ਆਇਆ, ਹੱਥ ਫੂਕੇ, ਬਰੈਡਾਂ ਖਾ ਕੇ ਗੁਜ਼ਾਰਾ ਕੀਤਾ, ਮੰਦਾ ਹਾਲ ਹੋ ਗਿਆ। 4-4 ਘੰਟੇ ਸੌਂ ਕੇ 20-20 ਘੰਟੇ ਕੰਮ, ਬਗੈਰ ਕਿਸੇ ਛੁੱਟੀ ਤੋਂ ਅੱਜ ਕੀਤੀ ਕਮਾਈ ਰਾਸ ਆਈ ਹੈ। ਫੌਜੀ ਅੱਜ ਸਰਦਾਰ ਸੀ, ਪਰਜਾ ਚ ਬੈਠੇ ਮਹਾਰਾਜੇ ਵਾਂਗੂ ਬੈਠਾ, ਜਵਾਕ ਖੇਲਣ, ਘਰ ਵਾਲੀ ਨਹਾਉਣ ਗਈ ਹੈ। ਇੱਕ ਬੰਦੇ ਹੋ ਕੇ ਉਹਨੇ ਆਪਣਾ ਸੈੱਟ ਜਿਹਾ ਕਰ ਲਿਆ ਸਰੀਰ। ਫੌਜਣ ਨਹਾ ਕੇ ਮੁੜੀ, ਜਾਨੂ ਰੰਗਾਂ ਚ ਫੌਜੀ ਹੋਇਆ ਬੈਠਾ, ਨਹਾ ਧੋ ਕੇ ਫੌਜਣ ਨਿਖਰਾਈ, ਖੁੱਲੇ ਗਿੱਲੇ ਵਾਲ, ਸੰਧੂਰੀ ਗੱਲਾਂ ਦੇਖ ਕੇ ਫੌਜੀ ਕਹਿੰਦਾ ਕੋਲ ਬੈਠ, ਇੱਧਰ ਆ ਕੇ ਮੇਰੇ ਕੋਲ। ਫੌਜਣ ਨੂੰ ਜਵਾਕਾਂ ਤੋਂ ਪਰਾਂ ਕਰਕੇ ਉਹਨੇ ਕਿਹਾ ਮੈਨੂੰ ਉਰੇ ਆ, ਮੇਰੇ ਨਾਲ ਗੱਲ ਕਰ ਪਹਿਲਾਂ। ਬੇ ਪਰਾਂ ਹਟਾ, ਮੁਸ਼ਕ ਕਿਵੇਂ ਮਾਰਦਾ, ਜੈ ਖਾਣੇ ਜੋ ਨਹਾਉਣਾ ਨਾ ਧੋਣਾ, ਜੂਆਂ ਦੀ ਖਾਦ। ਫੌਜੀ ਨੂੰ ਧੱਕਾ ਦੇ ਕੇ ਫੌਜਣ ਨੇ ਕੰਧ ਚ ਮਾਰੇ। ਫੌਜੀ ਦਾ ਨਸ਼ਾ ਖੋਟਾ ਹੋ ਗਿਆ, ਉਹ ਮੈਂ ਦਿਨ ਰਾਤ ਮਰ ਗਿਆ ਇੱਥੇ ਤੁਹਾਨੂੰ ਮੰਗਵਾਉਣ ਨੂੰ।
ਫੌਜੀ ਨੇ ਆਪਣੇ ਵੱਲੋਂ ਜ਼ੋਰ ਜਿਹਾ ਲਾਇਆ। ਮੰਗਵਾਇਆ ਤੂੰ ਆਪਦੇ ਟੱਬਰ ਨੂੰ ਹੈ, ਸੱਤ ਬਗਾਨੇ ਨੂੰ ਨੀ, ਆਪਦਿਆਂ ਨੂੰ ਸਾਰੀ ਦੁਨੀਆਂ ਮੰਗਾਉਂਦੀ ਹੈ ਜਵਾਕਾਂ ਦੀ ਜ਼ਿੰਦਗੀ ਸੁਧਾਰਨੀ, ਪਿਓ ਦਾ ਫਰਜ਼ ਹੈ, ਤੈਂ ਜੰਮੇ ਆ ਇਹ, ਮੈਂ ਕਿਹੜਾ ਪਿੱਛੋਂ ਲੈ ਕੇ ਆਈ ਸੀ। ਫੌਜਣ ਕਵੀਸ਼ਰ ਵਾਂਗੂ ਬੋਲੇ, ਭਾਗਵਾਨੇ ਤੇਰਾ ਕੋਈ ਫਰਜ਼ ਨੀ ਮੇਰੇ ਪ੍ਰਤੀ, ਵੇ ਪਰਾ ਹੋ, ਮੈਨੂੰ ਵੀ ਆਪਦੇ ਵਰਗੀ ਬੁੜੀ ਜੀ ਕਰ ਦੇਗਾ। ਕਹਿੰਦੇ ਬੁੜੀਆਂ ਗਾਈਆਂ ਦੇ ਵਾਗੇ ਤੁਰੀ ਫਿਰਦੀ, ਬੈੜ ਵੀ ਮੌਲੀ ਦਿਸਣ ਲੱਗ ਜਾਂਦੀ ਹੈ। ਫੌਜੀ ਨੇ ਇੱਕ ਤਰ੍ਹਾਂ ਨਾਲ ਤੋੜ ਕੇ ਉਹ ਡਰਾਇੰਗ ਰੂਮ ਦੇ ਵਿੱਚ ਟੀਵੀ ਦੇ ਅੱਗੇ ਜਿਵੇਂ ਫੌਜੀ ਦੀ ਪਰੇਡ ਹੁੰਦੀ ਆ ਠੱਪ ਠੱਪ ਪੈਰ ਮਾਰਦੀ ਆ ਬੈਠੀ। ਤੁਰੀ ਫਿਰਦੀ ਫੌਜੂ ਨੂੰ ਵੇਖ ਕੇ ਫੌਜੀ ਕਹੇ, ਇਹਦੇ ਨਾਲ ਮੈਂ ਵਿਆਹ ਕਰਾਇਆ ਸੀ, 2 ਸਾਲਾਂ ਦੇ ਵਿੱਚ ਹੀ ਉਹਦਾ ਸਾਰਾ ਹੀ ਰੰਗ ਰੂਪ ਹੀ ਬਦਲ ਗਿਆ, ਇਉਂ ਲੱਗੇ ਕਿ ਇਹ ਤਾਂ ਵਿਆਹੀ ਹੋ ਨਹੀਂ ਹੋਈ। ਸ਼ਕੀਨ ਪੂਰੀ ਉਹਨੂੰ ਲੱਗੇ ਕਿ ਮੈਂ ਤਾਂ ਇੱਥੋਂ ਸਮਾਨ ਢੋਂਦਾ ਮਰ ਗਿਆ, ਲੈਟ ਟੈਲੀਵਿਜ਼ਨ ਮੋਟਰਸਾਈਕਲ ਤੇ ਜੇ ਤੇ ਬੋ ਇਹ ਕੀ ਕਰਦੀ ਹੈ। ਫਿਰ ਉਹਨੇ ਸੋਚਿਆ ਬਈ ਕਈ ਵਾਰ ਬੰਦਾ 2 ਸਾਲ ਪਰਾਂ ਰਹਿ ਕੇ ਤੇ ਉਹ ਮੁੱਕ ਜਾਂਦਾ, ਤੇ ਉਹ ਮੁੱਕਣ ਤੋਂ ਬਾਅਦ ਹੁਣ ਤੇ ਉਹ ਤੋਰਨਾ ਪੈਣਾ, ਨਵੇਂ ਸਿਰਿਓਂ ਗੱਲ ਤੋਰਨੀ ਪੈਣੀ ਹੈ। ਪਰਾਂ ਰਹੇ ਹਾਂ ਅਸੀਂ, ਤਾਂ ਖਾਨੀ ਐ ਕਰਨ ਲੱਗ ਗਈ, ਕਿਤੇ ਟਾਂਕਾ ਤਾਂ ਨੀ ਫਿੱਟ ਕਰੀ ਫਿਰਦੀ ਕਿਸੇ ਨਾਲ। ਉਹ ਛੱਡ ਯਾਰ, ਤੂੰ ਦਿਮਾਗ ਤੇਰਾ ਪੁੱਠਾ ਕਿਹੜੇ ਪਾਸੇ ਨੂੰ ਸੋਚਦਾ, ਜਵਾਕਾਂ ਵੱਲ ਦੇਖ, 3 ਜਵਾਕਾਂ ਦੀ ਮਾਂ ਉਹ ਪੁੱਠਾ ਸੋਚਦਾ ਤੂੰ, ਖਬਰਦਾਰ। ਜੇ ਇਹ ਗੱਲ ਕੀਤੀ ਆਪਣੇ ਮਾਂ ਨਾਲ ਹੀ ਗੱਲ ਕਰਕੇ, ਫੌਜੀ ਦੁਖੀ ਹੋ ਗਿਆ, ਸੋਚਾਂ ਦੇ ਝੰਬਰ ਝੱਖੜ ਜੋ ਝੋਲਦਾ ਫੌਜੀ। ਜਦ ਉੱਪਰ ਬਾਥਰੂਮ ਚ ਗਿਆ, ਬਾਥਰੂਮ ਸਾਰਾ ਕੱਚ, ਫੌਜੀ ਨੂੰ ਲੱਭੇ ਲੱਗਿਆ ਜਿਵੇਂ ਫੌਜਣ ਨਾ ਕੋਈ ਨਹਾਈ ਹੋਵੇ, ਫੌਜਣ ਨੀ ਨਹਾਤੀ ਕੋਈ, ਜਿਵੇਂ ਮੱਝ ਨੂੰ ਨਲਾ ਕੇ ਗਿਆ। ਕੱਪੜਾ ਲਾ ਕੇ ਫੌਜੀ ਨੇ ਬਾਥਰੂਮ ਸਾਫ਼ ਕੀਤਾ, ਬਾਰੀ ਖੋਲੀ। ਇੰਡੀਆ ਚ ਇਹੋ ਜਿਹੇ ਬਾਥਰੂਮਾਂ ਚ ਕਿਹੜਾ ਕੋਈ ਨਹਾਉਂਦਾ, ਹੌਲੀ ਹੌਲੀ ਸਮਝੋ, ਚੱਲ ਸਮੇਂ ਦੇ ਨਾਲ ਨਾਲ ਬੰਦੇ ਨੂੰ ਪਤਾ ਰਹਿੰਦਾ। ਫੌਜੀ ਦੇ ਦੋਨੇ ਮੁੰਡੇ ਤੇ ਕੁੜੀ ਗਰਮ ਗਰਮ ਪਾਣੀ ਨਾਲ ਨਹਾਤੇ, ਸੌਂ ਗਏ ਜਵਾਕ। ਪੈਗ ਮਾਰ ਕੇ ਫੌਜੀ ਸ਼ਾਮ ਨੂੰ ਫੌਜਣ ਦੇ ਨਾਲ ਅੜ ਕੇ ਬਹਿ ਗਿਆ। ਜਦ ਫੌਜਣ ਕੋਲ ਨੂੰ ਬੈਠਣ ਲੱਗਿਆ, ਫੌਜਣ ਪਰਾਂ ਹੋ ਗਈ। ਮੈਂ 20 ਵਾਰ ਕਿਹਾ ਪਰਾਂ ਹੋ ਕੇ ਬੈਠ, ਉੱਪਰ ਨੂੰ ਕਾਹਨੂੰ ਚੜੀ ਜਾਂਦਾ, ਮੈਂ ਤਾਂ ਆਪ ਥੱਕੀ ਵੀ ਹੈ, ਮੇਰਾ ਸਿਰ ਦੁਖਦਾ, ਨਾਲੇ ਏਡਾ ਲੰਮਾ ਸਫ਼ਰ ਮੈਂ ਕੱਢ ਕੇ ਆਈ। ਉਹ ਗੱਲ ਤਾਂ ਸੁਣ ਲੈ, ਮੇਰੀ ਹੈ, ਤੇਜ਼ੀ ਕਾਹਨੂੰ ਕਰਦੀ ਹੈ, ਤੇਜ਼ੀ ਨੀ ਇੱਧਰ ਨੂੰ ਹੋ ਕੇ ਬਣ, ਮੈਨੂੰ ਤਾਂ ਦਾਰੂ ਦਾ ਮੁਸ਼ਕ ਮਾਰਦਾ ਤੇਰੇ ਤੋਂ। ਉਹੀ ਫੌਜਣ ਜਿਹਦੇ ਸਾਹਮਣੇ ਉਹ ਰੰਮ ਪੀਂਦਾ ਰਿਹਾ, ਅੱਜ ਵਿਗੜੀ ਕਿਉਂ ਬੈਠੀ ਹੈ, ਬੇਬੇ ਦਾ ਕੀ ਹਾਲ ਹੈ, ਮੈਂ ਨੀ ਗਈ ਉੱਥੇ, ਨਾ ਉਹ ਆਈ ਹੈ, ਮੈਂ ਤਾਂ ਪੇਕੇ ਰਹੀ ਹਾਂ ਜਦ ਦਾ ਤੂੰ ਇੱਥੇ ਆਇਆ ਸੀ। ਬੇਬੇ ਵਿਰਦਾ, ਉਹ ਤੁਰ ਨੀ ਸਕਦੀ, ਤੂੰ ਮਿਲਣਾ ਸੀ ਬੰਦੇ ਦਾ ਕੀ ਹੈ, ਨਦੀ ਕਿਨਾਰੇ ਰੁਖੜਾ, ਮੇਰਾ ਨੀ ਕੋਈ ਲੱਗਦਾ, ਨਾ ਹੀ ਮੈਨੂੰ ਕਿਸੇ ਦਾ ਹੇਜ ਹੈ, ਮੈਨੂੰ ਤਾਂ ਜੀਤ ਨੇ ਤੋੜ ਤੋੜ ਖਾਧਾ ਉੱਥੇ। ਗੱਲ ਨੂੰ ਆਵੇ, ਫੌਜੀ ਦਾ ਦਿਲ ਟੁੱਟ ਗਿਆ, ਆਸ ਮਰ ਗਈ। ਚੱਲ ਫਿਰ ਰੋਟੀ ਲਾ, ਹੋਰ ਕੀ ਕਰੀਏ, ਰਹਿੰਦੀ ਬੋਤਲ ਉਹਨੇ ਹੋਰ ਪੀ ਲਈ। ਫੌਜੀ ਨੇ ਹੀਟਰ ਛੱਡਤਾ, ਫੌਜੀ ਨੇ ਰੋਟੀਆਂ ਲਾਤੀਆਂ, ਕਾਲਜਾ ਧਾਫਣ ਲਈ ਰੋਟੀ ਖਾ ਲਈ। ਭੁੱਖ ਉਹਨੂੰ ਕੋਈ ਖਾਸ ਨਹੀਂ ਸੀ, ਪਹਿਲੇ ਦਿਨ ਫੌਜੀ ਨੇ ਕੜੀ ਚ ਸਵਾਹ ਪਾ ਦੀ। ਫੌਜੀ ਨੂੰ ਸਮਝ ਨਾ ਆਵੇ ਰੌਲਾ ਕੀ ਹੈ ਪਿੱਛੋਂ, ਬੰਦਾ ਕੋਈ ਗੱਲ ਦੱਸਦਾ, ਦੁੱਖ ਸੁੱਖ ਕਰਦਾ, ਇਹਨੇ ਉਇਓ ਹੀ ਸਿਰੇ ਲਾਤੀ ਗੱਲ, ਜਮਾ ਹੀ ਨੰਗੀ ਤਲਵਾਰ ਅਰਗੀ ਹੋਈ ਫਿਰਦੀ ਹੈ। ਹਫ਼ਤੇ ਦੀਆਂ ਛੁੱਟੀਆਂ ਫੌਜੀ ਨੇ ਲਈਆਂ, ਹਫ਼ਤੇ 'ਚ ਉਹਨੇ ਪਰਿਵਾਰ ਇੱਧਰ ਉੱਧਰ ਘੁੰਮਾ, ਬੱਚਿਆਂ ਨੂੰ ਸਕੂਲ ਲਾ। ਫੌਜਣ ਜਦ ਇੱਧਰ ਉੱਧਰ ਫੌਜੀ ਹੁੰਦਾ, ਟੈਲੀਫੋਨ ਨੂੰ ਚਿੰਬੜੀ ਰਹਿੰਦੀ, ਜਦ ਫੌਜੀ ਘਰੇ ਉਹਦਾ ਫੋਨ ਬੰਦ ਕਰ ਦਿੰਦੀ। ਜੇ ਫੌਜੀ ਪੁੱਛਦਾ ਕਿਹਨੂੰ ਫੋਨ ਕਰਦੀ ਸੀ, ਬੇਬੇ ਨੂੰ ਕਰਦੀ ਸੀ, ਹੋਰ ਕਿਹਨੂੰ ਕਰਦੀ ਸੀ। ਫੌਜੀ ਦੇ ਅੰਦਰ ਧੜਕੂ ਜਾਗ ਪਿਆ, ਮੇਰੇ ਆਉਣ ਸਾਰ ਫੋਨ ਕਿਉਂ ਬੰਦ ਕਰਦੀ, ਫੋਨ ਤਾਂ ਚੋਰ ਏ, ਕੋਈ ਬੰਦਾ ਕੱਟੂ ਜਾਂ ਕਮਜ਼ੋਰੀ ਦਾ ਡਰ। ਚੱਲ ਹੋਊ ਕੋਈ ਨਾ, ਹਰੇ ਮਨ ਨਹੀਂ ਲਾਉਂਦੀ, ਇੱਥੇ ਫੋਨ ਬਹੁਤ ਮਹਿੰਗੇ ਆ, ਫੋਨ ਸੰਭਲ ਕੇ ਕਰਿਆ ਕਰ, ਬਿੱਲ ਬਹੁਤ ਆਜੂ, ਮੈਂ ਇਕੱਲਾ ਕਮਾਊ ਹੈ ਤੇ ਖਾਣ ਵਾਲੇ ਆਪਾਂ ਇੰਨੇ ਆ। ਫੌਜਣ ਨੇ ਉੱਤਰ ਨਾ ਦਿੱਤਾ, ਚੁੱਪ ਚਾਪ ਨਹਾਉਣ ਤੁਰ ਗਈ। ਫੌਜੀ ਅੰਦਰੋਂ ਸੜ ਉੱਠਿਆ,
ਬੰਦਾ ਕਦੇ ਤਾਂ ਸਿੱਧੇ ਮੂੰਹ ਗੱਲ ਕਰੇ, ਮਹੀਨਾ ਹੋ ਗਿਆ ਆਈ ਨੂੰ, ਨਾ ਕਦੇ ਨਾਲ ਬਹਿੰਦੀ ਆ, ਨਾ ਕੋਲ ਬੈਠਣ ਦਿੰਦੀ ਹੈ, ਰੋਟੀਆਂ ਮੈਂ ਕੱਲਾ ਖਾਈ ਜਾਂਦਾ। ਬੰਦੇ ਨੂੰ ਸਰੀਰਕ ਆਤਮਕ ਸੰਤੁਸ਼ਟੀ ਚਾਹੀਦੀ ਹੈ। ਫੌਜਣ ਦਲੱਤੇ ਮਾਰੇ ਅਥਰੀ ਘੋੜੀ ਵਾਂਗੂ, ਫੌਜੀ ਨੂੰ ਲੱਗੇ ਕਿ ਇਹ ਕੀ ਹੋ ਗਿਆ, ਇਹ ਕਹਾਣੀ ਕੀ ਹੋ ਗਈ। ਫੌਜੀ ਸਵੇਰੇ ਕੰਮ ਤੇ ਜਾਂਦਾ, ਰਾਤ ਦੇ 10 ਵਜੇ ਕੰਮ ਤੋਂ ਆਉਂਦਾ, ਪਰਿਵਾਰ ਆਉਣ ਕਰਕੇ ਖਰਚਾ ਹੋਰ ਵੱਧ ਗਿਆ, ਓਵਰ ਟਾਈਮ ਗੁਜ਼ਾਰਾ ਨਹੀਂ। ਸਾਰਾ ਹਫ਼ਤਾ ਸਵੇਰੇ 6 ਤੋਂ ਰਾਤ ਦੇ 10 ਤੱਕ ਕੰਮ, ਆ ਕੇ 2 ਘੁੱਟ ਦਾਰੂ ਰੋਟੀ ਖਾ ਕੇ ਸੌਂ ਕੇ ਕੋਹਲੂ ਦੇ ਬੋਲ ਵਾਂਗੂ ਸਵੇਰੇ। ਇੱਕ ਦਿਨ ਫੌਜੀ ਨੂੰ ਦੁਪਹਿਰੇ ਬੁਖਾਰ ਚੜ ਗਿਆ, ਵਾਪਸ ਆਇਆ 5-8 ਬੁਖਾਰ। ਉਦੋਂ ਦੂਣੇ ਜਿਹਨੇ ਦਰਵਾਜ਼ਾ ਖੋਲਿਆ, ਅੰਦਰੋਂ ਟੀਵੀ ਦੀ ਆਵਾਜ਼ ਆ ਰਹੀ ਸੀ, ਫੌਜੋਂ ਬੇਖਬਰ ਕਿਸੇ ਨੂੰ ਟੈਲੀਫੋਨ ਤੇ ਚਿੰਬੜੀ ਹੋਈ ਸੀ। ਫੌਜੀ ਕੰਧ ਨਾਲ ਸ਼ਹਿ ਕੇ ਖੜ ਗਿਆ, ਫੌਜਣ ਕਿਸੇ ਨਾਲ ਲੱਗੀ ਹੋਈ ਫੋਨ ਤੇ। ਪੱਕੀ ਮੋਹਰ ਲੱਗ ਗਈ ਮੇਰੀ, ਹੁਣ ਤੈਨੂੰ ਜਲਦੀ ਉਹ ਮੰਗਵਾ ਲੈਣਾ ਮੈਂ। ਫੌਜੀ ਨੂੰ ਤਾਂ ਮੈਂ ਨੇੜੇ ਨਹੀਂ ਲੱਗਣ ਦਿੰਦੀ, ਤੂੰ ਮੈਨੂੰ ਆਪਦੇ ਪਾਸਪੋਰਟ ਦੀ ਕਾਪੀ ਭੇਜ, ਕੰਮ ਤੇ ਲੱਗਣ ਸਾਰ ਤੈਨੂੰ ਕਾਗਜ਼ ਮੈਂ ਭੇਜ ਦੇਣੇ ਨੇ, ਤੇਰੇ ਬਿਨਾਂ ਤਾਂ ਮੇਰੀ ਜਾਨ ਨਿਕਲਦੀ ਜਾਂਦੀ ਆ। ਸੌ ਮਾਰ ਇਹਦੀ ਦਿਲ ਨਹੀਂ ਲੱਗਦਾ, ਸਾਰੀ ਸਾਰੀ ਰਾਤ ਮੈਨੂੰ ਤੇਰੀ ਸੁਪਨੇ ਆਈ ਜਾਂਦੇ ਹੈ। ਫੌਜੀ ਨੇ ਦਰਵਾਜ਼ਾ ਬੰਦ ਕਰਤਾ, ਮੁੜ ਕੇ ਦੇਖਦੀ ਫੌਜਣ ਨੇ ਘਬਰਾ ਕੇ ਟੈਲੀਫੋਨ ਕਰਤਾ, ਇੰਨੀ ਛੇਤੀ ਆ ਗਿਆ ਤੂੰ, ਬੱਗੀ ਜੀ ਹੋਈ ਪੁੱਛ ਰਹੀ ਸੀ, ਕਿਹਦੇ ਨਾਲ ਕਰਦੀ ਸੀ ਫੋਨ ਤੇ ਗੱਲ। ਫੌਜੀ ਦੀਆਂ ਅੱਖਾਂ ਚ ਲਹੂ ਚੋ ਰਿਹਾ ਸੀ, ਪਹਿਲਾਂ ਨਰਮ ਬੋਲੇ, ਮੈਂ ਕੀ ਪੁੱਛਿਆ ਫੋਨ ਤੇ ਕਿਹਦੇ ਨਾਲ ਗੱਲ ਕਰਦੀ ਸੀ, ਸੁਣਿਆ ਕਿ ਨਹੀਂ, ਭੂਆ ਦੇ ਮੁੰਡੇ ਦਾ ਫੋਨ ਸੀ। ਅੱਛਾ, ਭੂਆ ਦੇ ਮੁੰਡੇ ਨਾਲ ਇਹੋ ਜਿਹੀਆਂ ਗੱਲਾਂ ਹੁੰਦੇ ਆ, ਉਹ ਵਿਗੜੀ ਹੋਈ ਆ ਗੱਲ ਹੈ। ਫੌਜੀ ਨੇ ਡੰਡਾ ਚੱਕ ਕੇ ਜਦ ਫੌਜਣ ਤੇ ਗੱਤਕਾ ਘੁਮਾਇਆ, ਫੌਜਣ ਲੇਰਾਂ ਮਾਰੇ, ਰੌਂਬੜੇ ਪੈ ਗਏ, ਮੈਨੂੰ ਨਹੀਂ ਸੀ ਪਤਾ ਬਈ ਹੁਣ ਮੈਂ ਬੁੜਾ ਲੱਗਦਾ, ਵਿਆਹ ਵੇਲੇ ਤੇਰੀ ਫੋਟੋ ਸਾਂਭੀ ਹੁੰਦੀ ਨਾ, ਚਾਰ ਰੰਗ ਸੀ ਤੇਰੇ ਚਾਰ ਸਿਰ ਤੋਂ ਪੈਰਾਂ ਤੱਕ, ਹੁਣ ਤੈਨੂੰ ਮੈਂ ਬੁੜਾ ਲੱਗਦਾ, ਹੁਣ ਤੈਨੂੰ ਮਾਰਦਾ ਮੁਸ਼ਕ ਮੇਰੇ ਤੋਂ, ਹੁਣ ਤੈਨੂੰ ਜਵਾਨੀ ਆ ਗਈ। ਜਵਾਨ ਬੰਦੇ ਆ ਜਦ ਮਿਲ ਜੇ ਤਾਂ ਖਸਮ ਆਪੇ ਬੁੜਾ ਹੁੰਦਾ, ਤੇਰੀ ਖਾਤਰ ਜ਼ਿੰਦਗੀ ਗਾਲਤੀ ਆਹ ਨਾਮ ਧੇ ਤੇ ਧੇ ਨਾਲ ਡਾਂਗ ਜਦ ਵਰਨ ਲੱਗੀ, ਕੁੱਟ ਖਾਂਦੀ ਖਾਂਦੀ ਕਿਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਨੂੰ ਭੱਜ ਗਈ। ਬਾਹਰ ਨਿਕਲਣ ਲਈ ਦਹਾਈ ਮੱਚ ਗਈ, ਗੁਆਂਢੀਆਂ ਨੇ ਪੁਲਿਸ ਤੇ ਐਂਬੂਲੈਂਸ ਨੂੰ ਫੋਨ, ਪੁਲਿਸ ਨੇ ਆ ਕੇ ਫੌਜੀ ਢਾਹ ਲਿਆ, ਹੱਥਕੜੀ ਜਲ ਲਈ, ਫੌਜਣ ਨੂੰ ਐਂਬੂਲੈਂਸ ਲੈ ਗਈ ਥਾਣੇ ਲਿਜਾ ਕੇ। ਪੁਲਿਸ ਨੇ ਫੌਜੀ ਨੂੰ ਪਤਨੀ ਦੀ ਕੁੱਟਮਾਰ ਬਾਰੇ ਪੁੱਛਿਆ ਤਾਂ ਉਹਨੇ ਦਭਾਸ਼ੀ ਰਾਹੀਂ ਫੌਜ, ਇਹ ਆਪਣੇ ਯਾਰਾਂ ਨੂੰ ਫੋਨ ਕਰਦੀ ਸੀ। ਗਾਂ ਦਭਾਸ਼ੀ ਆ ਹੱਸ ਕੇ ਕਹਿੰਦਾ, ਮਿਸਟਰ ਸਿੰਘ ਕੈਨੇਡਾ ਇੰਡੀਆ ਨੀ, ਜੇ ਰੀਤੀ ਰਿਵਾਜ ਆਪਣੇ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਉੱਥੇ ਹੀ ਜਾਓ ਵਾਪਸ, ਇੱਥੇ ਹਰ ਔਰਤ ਤੇ ਮਰਦ ਨੂੰ ਖੁੱਲ ਹੈ, ਆਪਣੇ ਮਿੱਤਰ ਜਾਂ ਸਹੇਲੀ ਨੂੰ ਜਿਹਨੂੰ ਮਰਜ਼ੀ ਫੋਨ ਕਰ ਸਕਦੀ ਹੈ। ਫੌਜੀ ਕਹਿੰਦਾ, ਬਹੁਤ ਮਾੜੇ ਦੇਸ਼ ਚ ਆ ਗਏ ਯਾਰ ਫਿਰ ਤਾਂ, ਉਹ ਇਹੋ ਜਿਹਾ ਦੋਸਤ ਨੀ ਜਿਹੜਾ ਤੁਸੀਂ ਕਹਿੰਦੇ ਹੋ, ਇਹ ਆਪਣੇ ਦੂਜੇ ਦੋਸਤ ਨੂੰ ਫੋਨ ਕਰਦੀ ਸੀ। ਦੁਭਾਸ਼ੀ ਨੇ ਫਿਰ ਪੁਲਿਸ ਵਾਲੇ ਨੂੰ ਦੱਸਿਆ ਵੀ ਹੀ ਇਜ਼ ਜਸਟ ਯੂ ਨੋ ਟੈਲਿੰਗ ਹਿਜ਼ ਬੁਆਏਫ੍ਰੈਂਡ। ਉਹ ਕਹਿੰਦਾ, ਫੇਰ ਵੀ ਇਟ ਡਸਨਟ ਮੈਟਰ, ਸ਼ੀ ਕੈਨ ਕਾਲ। ਕਹਿੰਦਾ, ਕੀ ਕਹਿੰਦਾ ਇਹ? ਇਹ ਕਹਿੰਦਾ ਕਰ ਸਕਦੀ ਹੈ ਇੱਥੋਂ ਫੋਨ। ਅੱਛਾ, ਆਹ ਤਾਂ ਪਤਾ ਹੀ ਨਹੀਂ ਸੀ ਲੱਗਿਆ, 2 ਸਾਲ ਹੋ ਗਏ ਜਦ ਦੇ ਆਏ ਆ, ਬਸ ਹੋ ਗਿਆ ਪੱਕਾ ਕੰਮ। ਫਿਰ ਗੱਲ ਹੁਣ ਪੁਲਿਸ ਦੇ ਹੱਥ ਹੈ, ਤਲਾਕ ਪੱਕਾ, ਰਾਜੀ ਇਨਾਮੇ ਵੀ ਇਹਨੇ ਹੁਣ ਕਰਨਾ ਨਹੀਂ। ਬੰਦਾ ਇਹ ਆਪਣਾ ਸੱਧੂ ਬੈਠਾ ਬੈਠਾ ਫੌਜੀ ਗੁੰਮ ਹੁੰਦਾ ਜਾ ਰਿਹਾ ਸੀ ਤੇ ਆਪਣੇ ਤੇ ਜਵਾਕਾਂ ਦੇ ਭਵਿੱਖ ਬਾਰੇ ਸੋਚਦਾ ਮਾਰੂਥਲਾਂ ਦੀ ਪੈੜ ਵਾਂਗੂ ਗੁੰਮ ਜਾਂਦੇ। ਦੁਭਾਸ਼ੀ ਇਹਨੇ ਮੋਢਿਓਂ ਫੜ ਕੇ ਕੰਨ 'ਚ ਕਿਹਾ, ਕਿੰਨੇ ਚਿਰ ਹੋ ਗਿਆ ਤੈਨੂੰ ਆਏ ਨੂੰ? ਬਾਈ 2 ਸਾਲ ਇਹ ਹੋਏ ਨੇ ਮੈਨੂੰ ਤਾਂ। ਕਹਿੰਦਾ, ਮੈਨੂੰ 22 ਹੋ ਗਏ, ਤੇਰੇ ਕੰਨਾਂ ਨਹੀਂ ਸੀ ਪਿਆ ਹਾਲੇ, ਹੁਣ ਤੇਰੇ ਕੰਨਾਂ ਪੈ ਜੂ,
ਅਸਲ ਕੈਨੇਡੀਅਨ ਹੁਣ ਤੂੰ ਬਣਨਾ ਹੌਲੀ ਹੌਲੀ। ਤੈਨੂੰ ਇੱਥੇ ਦੇ ਰੀਤੀ ਰਿਵਾਜ਼ਾਂ ਦਾ ਨਹੀਂ ਸੀ ਪਤਾ, ਉਹ ਫੋਨ ਕਰਦੀ ਉਹਨਾਂ ਨਾਲ ਬਹਿ ਕੇ ਤੂੰ ਗੱਲਬਾਤ ਕਰਦਾ ਕੋਈ ਬੰਦਿਆਂ ਵਾਂਗੂ, ਤੈਂ ਡਾਂਗ ਚੱਕ ਲਈ ਜਿਵੇਂ ਧੂਰੀ ਕੋਲ ਪਿੰਡ ਹੁੰਦਾ ਤੇਰਾ। ਇਹ ਕੀ ਕਹਾਣੀ ਹੈ, ਇੱਥੇ ਨਹੀਂ ਇਹ ਚੀਜ਼ਾਂ ਚੱਲਦੀਆਂ, ਉੱਥੇ ਹੀ ਚੱਲਦੀਆਂ। ਅੱਛਾ ਫਿਰ ਜਾਣੀ ਇੱਥੇ ਇਉਂ ਹੀ ਕਰਦੀਆਂ ਇਹ ਸਾਰਿਆਂ ਨੂੰ? ਹਾਂ ਇਉਂ ਹੀ ਕਰਦੀਆਂ। ਕਹਿੰਦਾ ਪੱਠ 'ਚ ਜਾ ਵਿਓ ਇਹੋ ਜਿਹਾ ਕੈਨੇਡਾ, ਮੈਂ ਪਿੱਛੇ ਮੁੜ ਜੂੰ ਫਿਰ ਜੇ ਇਹੋ ਜਿਹਾ ਹੀ ਕਰਦੀਆਂ ਨੇ। ਹੁਣ ਮਾਰੂਥਲਾਂ ਦੀ ਪੈੜ ਫੌਜੀ ਨੂੰ ਸਿੱਧੀ ਲੱਗ ਰਹੀ ਸੀ।